सब्सक्राइब करो NC7 न्यूज नु ते लेटेस्ट अपडेट पाउन लई प्रेस करो बेल आइकन। ਖਬਰਾਂ ਦੀ ਸ਼ੁਰੂਆਤ ਹੈ ਅਹਿਮ ਖਬਰ ਤੋਂ। ਮਾਮਲਾ ਧਰਮਕੋਟ ਦਾ ਹੈ ਜਿੱਥੇ ਦਿਨ ਚੜ੍ਹਦੀ ਵੱਡੀ ਵਾਰਦਾਤ ਵਾਪਰ ਗਈ। ਮੈਡੀਕਲ ਸਟੋਰ ਦੇ ਸੰਚਾਲਕ ਨੂੰ ਅਗਵਾ ਕਰ ਲਿਆ ਗਿਆ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ। ਅੱਜ ਸਵੇਰ 7 ਵਜੇ ਦੇ ਕਰੀਬ ਮੈਡੀਕਲ ਸੰਚਾਲਕ ਸੁਖਦੇਵ ਸਿੰਘ ਨੂੰ ਉਸਦੀ ਗੱਡੀ ਸਮੇਤ ਅਗਵਾ ਕਰ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ DSP ਧਰਮਕੋਟ, ਥਾਣਾ ਮੁਖੀ ਧਰਮਕੋਟ ਅਤੇ CIA ਮੁਖੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚ ਗਏ। CCTV ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਡੇ ਕੋਲ ਕਰੀਬ 7:30 ਵਜੇ ਤਲਾਏ CP ਜਾਂ ਸੁਖਦੇਵ ਸਿੰਘ ਹੈਗਾ ਜੋ ਸੰਗਲਾ ਰਹਿਣ ਵਾਲਾ ਹੈ, ਧਰਮਕੋਟ ਬਾਜ਼ਾਰ ਵਿੱਚ ਮੈਡੀਕਲ ਦੀ ਦੁਕਾਨ ਕਰਦਾ, ਵੀ ਉਹਨੂੰ ਸਮੇਤ ਕਾਰ ਕੋਈ ਲੈ ਗਿਆ। ਅਸੀਂ ਇਤਲਾਹ ਦੇ ਮੌਕੇ 'ਤੇ ਪੁੱਜੇ, ਮੈਂ ਦੱਸ 'ਚ ਮੌਕੇ 'ਤੇ ਪੁੱਜੇ, ਜਾ ਕੇ ਮੌਕੇ 'ਤੇ CCTV ਫੁਟੇਜ ਚੈੱਕ ਕੀਤੀ ਵੀ ਦੋ ਬੰਦੇ ਆਏ ਆ, ਇਹਨੂੰ ਇਹਦੀ ਗੱਡੀ ਰੋਕੀ, ਇਹਦੇ ਨੂੰ ਕਾਰ 'ਚ ਬਿਠਾ ਕੇ ਨਾਲ ਹੀ ਲੈ ਗਏ। ਉਹ ਕੋਈ ਬੰਦਿਆਂ ਦਾ ਕੋਈ ਪਛਾਣ ਆਉਂਦੀ ਉਹਨਾਂ ਦੀ? ਨਹੀਂ, ਬੰਦਿਆਂ ਦੀ CCTV ਫੁਟੇਜ ਚੈੱਕ ਕਰਦੇ ਪਛਾਣ ਤਾਂ ਨਹੀਂ ਹੁੰਦੀ, ਮੂੰਹ ਢੱਕੇ ਹੋਏ ਆ। ਤਰਨਤਾਰਨ ਦੇ ਨਾਲ ਲੱਗਦੇ ਪਿੰਡ ਦੱਦੇ ਹਾੜ ਦੀ ਰਹਿਣ ਵਾਲੀ ਇਹ ਬਜ਼ੁਰਗ ਮਹਿਲਾ ਨੇ ਆਪਣੇ ਨਾਲ ਕੁੱਟਮਾਰ ਅਤੇ ਉਸਦੇ ਕੇਸਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਨੇ। ਪ੍ਰਸ਼ਾਸਨ ਵੱਲੋਂ ਘਟਨਾ ਦੇ 3 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਕਹਿਣਾ ਹੈ ਬਜ਼ੁਰਗ ਔਰਤ ਦਾ। ਅਫਰਤ ਚੀਖ ਚੀਖ ਕੇ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਕੁਝ ਆਦਮੀਆਂ ਤੇ ਔਰਤਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜ ਦਿੱਤੇ। ਇੰਨਾ ਹੀ ਨਹੀਂ, ਸਗੋਂ ਉਸਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਉਸਨੂੰ ਇਨਸਾਫ਼ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠੇਗੀ। ਇਹ ਕੱਪੜੇ ਪਾੜੇ ਆ ਜੀ, ਜਦੋਂ ਮੈਂ ਆਪਣੇ ਆਈ ਇਹਨਾਂ ਨੇ ਕਬਜ਼ਾ ਕਰ ਲਏ ਮੇਰੀ ਜਗ੍ਹਾ ਦਾ, ਖੱਡੇ ਦਾ। ਅਤੇ ਮੈਂ ਆਈ ਹਾਂ ਅਤੇ ਮੈਂ ਜਦੋਂ ਆਣ ਕੇ ਖਲੋਤੀ ਹਾਂ ਅਤੇ ਇਹਨਾਂ ਨੇ ਮੇਰੇ ਵਾਲਾਂ ਦੀ ਬਰਾਦਰੀ ਕੀਤੀ ਆ। ਅਤੇ ਮੈਂ ਮੁੜ ਕੇ ਆਖਿਆ, ਮੈਂ ਹਾਂ ਵੀ ਨਾ ਮੇਰੀ ਪੁਲਿਸ ਸੁਣਵਾਈ ਸੁਣਦੀ ਆ, ਅਤੇ ਕੱਪੜੇ ਕੁੱਪੜੇ ਮੇਰੇ ਪਾੜਦੇ ਆ, ਸੱਟਾਂ ਲਾ ਤੀਆਂ ਵੀ। 8 ਜਣਿਆਂ ਨੇ ਮੈਨੂੰ ਘੇਰਾ ਪਾ ਲਿਆ ਅਤੇ ਦਾਹ ਮੇਰੇ ਮਾਰਿਆ, ਮੇਰੇ ਨਾਲ ਹੀ ਮੇਰਾ ਆਪਣਾ ਸੱਟ ਲਾ ਤੀ ਆ, 2-3 ਥਾਈ ਮੇਰੇ ਪੇਟ ਤੇ ਵੀ ਲਾਈ ਸੱਟ ਦੇ, ਕੱਪੜੇ ਪਾੜੇ ਦੇ, ਵਾਲਾਂ ਦੀ ਬਰਾਦਰੀ ਬਹੁਤ ਕੀਤੀ ਇਹਦੇ। ਹੁਣ ਕੀ ਮੰਗ ਕਰਦੇ ਪੁਲਿਸ? ਹੁਣ ਮੰਗ ਇਹ ਕਰਦੇ ਆ ਵੀ ਜੇ ਮੇਰੀ ਸੁਣਵਾਈ ਨਾ ਕੀਤੀ ਤੇ ਮੈਂ ਆਪਦੀ ਹੱਤਿਆ ਕਰਕੇ ਤੇ ਖਤਮ ਹੋ ਜਾਣਾ ਤੇ ਮੇਰੀ ਜ਼ਿੰਮੇਵਾਰੀ ਪੁਲਿਸ ਹੋਊਗੀ। ਜਦਕਿ ਜਗ੍ਹਾ ਉਹ ਪੰਚਾਇਤੀ ਆ ਅਤੇ ਦੋਨਾਂ ਧਿਰਾਂ ਨੇ ਗੱਲਬਾਤ ਸੁਣੀ ਆ, ਇਹਨਾਂ ਨੇ ਬੈਠ ਕੇ ਜੋ ਵੀ ਪੰਚਾਇਤ ਨੂੰ ਬੁਲਾ ਕੇ ਜੋ ਵੀ ਇਹਨਾਂ ਦਾ ਫੈਸਲਾ ਹੋਏਗਾ। ਅਗਲੀ ਸਰ ਕਾਰਵਾਈ ਕੀ? ਅਗਲੀ ਕਾਰਵਾਈ ਜੇ ਨਹੀਂ ਨਿਬੜਦਾ ਵੀਡੀਓ ਡਿਪਾਰਟਮੈਂਟ ਨੂੰ ਲਿਖ ਕੇ ਭੇਜਾਂਗੇ, ਉਹਨਾਂ ਦਾ ਨੁਮਾਇੰਦਾ ਕੋਈ ਬੁਲਾ ਕੇ ਉਹਨਾਂ ਥਰੂ ਮਿਹਨਤੀ ਵਗੈਰਾ ਕਰਾ ਕੇ ਜੋ ਵੀ ਸ਼ਾਮਲ ਜਗ੍ਹਾ ਦਾ ਪ੍ਰੋਸੈਸ ਪੂਰਾ ਕਰਾਂਗੇ। ਜੇ ਇਹ ਧਿਰਾਂ ਨਹੀਂ ਲੜਨ ਤੋਂ ਹਟਣਗੀਆਂ ਤਾਂ ਇਹਨਾਂ ਦੇ ਸਾਰੇ ਪਰਿਵਾਰ, ਦੋਨਾਂ ਪਰਿਵਾਰਾਂ ਦੀ 160। ਪੰਜਾਬ 'ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਇੰਝ ਲੱਗਦਾ ਜਿਵੇਂ ਕਿਸੇ ਨੂੰ ਪੁਲਿਸ ਦਾ ਖੌਫ ਹੀ ਨਾ ਹੋਵੇ। ਅਜਿਹਾ ਇੱਕ ਮਾਮਲਾ ਜਲੰਧਰ ਦੇ ਫਿਲੌਰ ਤੋਂ ਸਾਹਮਣੇ ਆਇਆ ਜਿੱਥੇ ਕਿ ਫਿਲੌਰ ਦੇ ਬਾਜ਼ਾਰ 'ਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਦੱਸ ਦਈਏ ਕਿ ਆਪਸੀ ਝਗੜੇ ਦੇ ਚਲਦੇ ਦੋ ਧਿਰਾਂ ਵੱਲੋਂ ਇੱਕ ਦੂਜੇ ਤੇ ਕਤਲਾਨਾ ਹਮਲਾ ਕੀਤਾ ਗਿਆ, ਜਿਸ ਦੌਰਾਨ ਕੁਝ ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ CCTV ਕੈਮਰੇ 'ਚ ਕੈਦ ਹੋ ਚੁੱਕੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। SHO ਫਿਲੌਰ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀ ਫਰਾਰ ਦੱਸੇ ਜਾ ਰਹੇ ਨੇ। CCTV ਫੁਟੇਜ ਦੇ ਆਧਾਰ ਤੇ ਬਾਕੀ ਮੁਲਜ਼ਮਾਂ ਦੀ ਭਾਲ ਵੀ ਕੀਤੀ ਜਾਏਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਹਰ ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਵੇਖ ਕੇ ਇੰਝ ਲੱਗਦਾ ਹੈ ਜਿਵੇਂ ਗੁੰਡਾ ਅਨਸਰਾਂ ਦੇ ਮਨਾਂ 'ਚ ਪੁਲਿਸ ਦਾ ਖੌਫ ਖਤਮ ਹੋ ਚੁੱਕਾ ਹੁੰਦਾ ਹੈ। ਬੈਠੇ ਹੀ ਰੌਲਾ ਪਿਆ ਮਾੜਾ ਜਿਹਾ, ਹੀ ਨੱਠ ਕੇ ਸਾਰੀ ਪੁਲਿਸ ਪਾਰਟੀ ਗਈ ਸਾਹਿਬ ਵਾਲੇ ਨੇ ਅਤੇ ਬੱਚੇ ਨਾ ਲੜ ਰਹੇ, 6 ਬੱਚੇ ਲੜ ਰਹੇ ਸੀ। 3 ਬੱਚੇ ਉੱਥੇ ਮਾਇਆ ਰਾਮ ਦੀ ਦੁਕਾਨ ਤੋਂ ਖਰੀਦ ਫਰੂਦ ਕਰਨ ਡੇ, 3 ਬੰਦੇ ਆਏ ਉਹਨਾਂ ਨੇ ਨਾ ਦਾਤ ਨਾਲ, 1 ਦੇ ਹਮਲਾ ਕੀਤਾ। ਅਸੀਂ ਮੌਕੇ 'ਤੇ ਪਹੁੰਚ ਕੇ 1 ਫੜ ਲਿਆ, 2 ਨੱਠ ਗਏ। ਉਹਨਾਂ ਨੇ ਘਰੀ ਰੇਡ ਕੀਤੇ, ਜਲਦੀ ਫੜ ਲਏ ਆ, ਫੜ ਕੇ ਅਤੇ ਜਿਹੜੀ ਫਿਰ ਕਾਰਵਾਈ ਬਣਦੀ ਹੈ ਜੋ ਬਿਆਨ ਲਿਖਾਉਣਗੇ ਉਹ ਕਾਰਵਾਈ ਕੀਤੀ ਜਾਵੇਗੀ। ਪਰ ਪੁਲਿਸ ਦੀ ਕਾਰਵਾਈ ਦੀ ਲੋਕੀ ਪ੍ਰਸ਼ੰਸਾ ਕਿ ਜਿੰਨੀ ਜ਼ਿਆਦਾ ਅੱਜ ਪੁਲਿਸ ਨੇ ਕਾਰਵਾਈ ਕੀਤੀ ਹੈ? ਨਹੀਂ, ਧੰਨਵਾਦ ਲੋਕਾਂ ਦਾ ਵੀ ਧੰਨਵਾਦ, ਅਸੀਂ ਜਿੰਨੇ ਕੁ ਜੋਗੇ ਹਾਂ ਅਸੀਂ ਵੱਧ ਤੋਂ ਵੱਧ ਕਰਦੇ। ਸਾਰੀ ਪਾਰਟੀ ਬਿਲਕੁਲ, ਅਸੀਂ ਜਿੱਦਾਂ ਸਾਨੂੰ ਪਤਾ ਲੱਗਾ 1 ਮਿੰਟ 'ਚ ਅਸੀਂ ਚੱਲ ਗਏ। ਲੜਦਿਆਂ ਨੂੰ ਹੀ ਮਤਲਬ ਮੌਕੇ ਤੋਂ ਫੜ ਲਿਆ, 2 ਨੱਠ ਗਏ ਆ। ਗਲੀਆਂ ਤੰਗ ਹੋਣ ਕਰਕੇ ਜਿਹੜਾ
कि नहीं गड्डी सकी जा सकी। अगली वड्डी खबर जलंधर तो जिथे कोरोना वायरस के 40 नवे मामले सामने आए हैं। फिलहाल हॉटस्पॉट बनी हुई जलंधर च हर रोज नवे मामले सामने आ रहे हैं, जिस तो बाद हुण जिले च कोरोना मरीजों की गिनती 1700 तो पार हो चुकी है। जिथे जलंधर च रोज नवे मामले सामने आ रहे हैं, उथे कोरोना मरीज ठीक भी हो रहे हैं। कोरोना वायरस तो बचने लिए लोगों को हदायतों का पालन करने की अपील भी की जा रही है, पर हॉटस्पॉट बने हुए जलंधर च नवे मामले थमन का नाम नहीं लै रहे हैं। रामपुरा फूल दी शालू ने 90% अंक प्राप्त करके स्कूल अते परिवार दा नाम रोशन किया है। दस दिए कि बीते दिन पंजाब स्कूल एजुकेशन बोर्ड वालों 12वीं के नतीजे लाने गए सन, जिन्हां च बच्चों ने काफी वधिया परफॉर्मेंस की है। जिक्रयोग है कि शालू आर्या हाई सीनियर सैकेंडरी स्कूल की विद्यार्थिन है ते उसके पिता प्राइवेट काम करते हैं। इस तों इलावा राजवीर कौर ने 87%, गुंजा ने 86% अंक प्राप्त करके स्कूल अते मापिआं दा नाम रोशन किया। स्कूल कमेटी के प्रधान सरदार चंद सिंह सिद्धू ने बच्चों की इस कामयाबी से वधाई दिंदिआं कहा कि समूह स्कूल स्टाफ का इस ਵਧਾਈ ਦਾ ਪਾਤਰ ਹੈ ਤੇ ਉਹ ਉਮੀਦ ਕਰਦੇ ਨੇ ਕਿ ਅੱਗੇ ਤੋਂ ਇਸ ਤੋਂ ਵੀ ਵਧੀਆ ਨਤੀਜੇ ਸਕੂਲ ਸਟਾਫ ਵੱਲੋਂ ਸਾਹਮਣੇ ਲਿਆਦੇ ਜਾਣਗੇ। ਉਹਨਾਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਮੈਂ ਆਰੀਆ ਸਕੂਲ ਦਾ ਬਹੁਤ ਅੱਛਾ ਰਿਜ਼ਲਟ ਆਉਣ ਤੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਕਾਮਨਾ ਕਰਦਾ ਹਾਂ ਕਿ ਸਾਰਾ ਸਟਾਫ ਚੜ੍ਹਦੀਆਂ ਕਲਾਂ ਚ ਰਹੇ ਤੇ ਅੱਗੇ ਤੋਂ ਆਰੀਆ ਹਾਈ ਸਕੂਲ ਇਦੋਂ ਵੀ ਜ਼ਿਆਦਾ ਤਰੱਕੀ ਕਰੇ, ਸਾਰੇ ਵਿਦਿਆਰਥੀ ਅੱਛੀ ਮਿਹਨਤ ਕਰ। ਮੈਂ ਪਰਮਾਤਮਾ ਇਹ ਬੇਨਤੀ ਕਰਦਾ ਹਾਂ ਕਿ ਆਰੀਆ ਸਕੂਲ ਇਹਨੂੰ ਹੋਰ ਤਰੱਕੀ ਕਰੇ ਅਤੇ ਸਾਰਾ ਸਟਾਫ ਭਾਈ ਵਧੀਆ ਮਿਹਨਤ ਕਰਦਾ ਰਹੇ। ਮੈਂ ਸਾਰੇ ਸਟਾਫ ਨੂੰ ਲੱਖ ਲੱਖ ਵਧਾਈ ਦਿੰਦਾ। ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਕਿਤੇ ਨਾ ਕਿਤੇ ਹਰ ਰੋਜ਼ ਕੋਰੋਨਾ ਬਲਾਸਟ ਹੋ ਰਿਹਾ ਹੈ। ਕਾਫੀ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਪਰਤ ਰਹੇ ਨੇ। ਉਧਰ ਦੂਜੇ ਪਾਸੇ ਕੋਰੋਨਾ ਕਾਲ ਦੌਰਾਨ ਕਈ ਸੰਸਥਾਵਾਂ ਤੇ ਡਾਕਟਰ ਵੀ ਆਪਣੀਆਂ ਸੇਵਾਵਾਂ ਲਗਾਤਾਰ ਪ੍ਰਦਾਨ ਕਰ ਰਹੇ ਨੇ। ਜੌੜਾ ਹੋਮਿਓਪੈਥਿਕ ਹਸਪਤਾਲ ਰਾਮਪੁਰਾ ਫੂਲ ਦੇ ਡਾਕਟਰ ਬਲਜਿੰਦਰ ਜੌੜਾ ਵੱਲੋਂ ਅੱਜ ਫੂਲ ਟਾਊਨ ਡਿਵੈਲਪਮੈਂਟ ਕਲੱਬ ਦੇ ਸਹਿਯੋਗ ਨਾਲ ਜੈ ਬਿਗਦੀ ਪਾਰੋ ਮੰਦਿਰ ਇੱਕ ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰੀਰਕ ਸ਼ਕਤੀ ਨੂੰ ਵਧਾਉਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਆਰਸੈਨਿਕ ਐਲਬਮ 30 ਦੀਆਂ 300 ਦੇ ਕਰੀਬ ਖੁਰਾਕਾਂ ਲੋਕਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ਉਹਨਾਂ ਨਾਲ ਡਾਕਟਰ ਨਮਰਤ ਗੋਇਲ ਵੀ ਸ਼ਾਮਿਲ ਸਨ। ਇਸ ਮੌਕੇ ਫੂਲ ਟਾਊਨ ਡਿਵੈਲਪਮੈਂਟ ਕਲੱਬ ਪ੍ਰਬੰਧਕਾਂ ਦੇ ਵੱਲੋਂ ਡਾਕਟਰ ਬਲਜਿੰਦਰ ਜੌੜਾ, ਡਾਕਟਰ ਨਮਰਤ ਗੋਇਲ ਤੇ ਪੁਲਿਸ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੋਰੋਨਾ ਹੈਗਾ ਉਹ ਮੇਨ ਤੌਰ ਤੇ ਆਪਣੇ ਨੱਕ ਕੰਨ ਗਲ ਵਾਲਾ ਸਿਸਟਮ, ਜਿਸ ਨੂੰ ਅਸੀਂ ਮੈਡੀਕਲ ਲੈਂਗੁਏਜ ਦੇ ਵਿੱਚ ਯੂਆਰਟੀ ਅਪਰ ਰੈਸਪੀਰੇਟਰੀ ਟ੍ਰੈਕ ਬੋਲਦੇ ਹਾਂ, ਉਹਦੇ ਇਫੈਕਟ ਕਰਦਾ। ਔਰ ਜੋ ਹੋਮਿਓਪੈਥਿਕ ਆਰਸੈਨਿਕ ਐਲਬਮ ਮੈਡੀਸਨ ਹੈ, ਇਹ ਆਪਣੀ ਫੇਫੜਿਆਂ ਦੀ ਇਮਿਊਨਿਟੀ ਬਣਾਉਣ ਦੇ ਵਿੱਚ ਬਹੁਤ ਹੀ ਮਤਲਬ ਸਹਾਇਕ ਹੈ, ਜੋ ਕਿ ਇੱਕ ਰਿਸਰਚ ਰਾਹੀਂ ਸਿੱਧ ਹੋ ਚੁੱਕਿਆ। ਆਪਾਂ ਅੱਜ ਆਰਸੈਨਿਕ ਐਲਬਮ ਦੀਆਂ ਜਿਹੜੇ ਇਮਿਊਨਿਟੀ ਬੂਸਟਰ ਡੋਜ਼ ਹੈਗੀਆਂ ਆਪਾਂ ਇਹ ਵੰਡਣ ਲਈ ਇਕੱਠੇ ਹੋਏ ਹਾਂ। ਸੋ ਇਹ ਦਵਾਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਨਾਲ ਆਰਸੈਨਿਕ ਐਲਬਮ ਇੱਕ ਮੈਂਟਲ ਤੌਰ 'ਤੇ ਵੀ ਬਹੁਤ ਫਾਇਦੇਮੰਦ ਹੈ, ਕਿਉਂਕਿ ਮੈਂਟਲ ਦਾ ਇਹ ਹੈ ਜੀ, ਅੱਜ ਕੱਲ੍ਹ ਜਦੋਂ ਇੱਕ ਮਹਾਂਮਾਰੀ ਫੈਲੀ ਹੋਈ ਹੈ ਤਾਂ ਹਰ ਇੱਕ ਬੰਦੇ ਨੂੰ ਆਪਣੀ ਹੈਲਥ ਦਾ, ਆਪਣੀ ਸਿਹਤ ਦਾ, ਆਪਣੇ ਪਰਿਵਾਰ ਦਾ ਡਰ ਹੈ ਕਿ ਮੈਨੂੰ ਸਾਡਾ ਪਰਿਵਾਰ ਠੀਕ ਰਹੇ, ਮੇਰੀ ਸਿਹਤ ਠੀਕ ਰਹੇ, ਕਦੇ ਮੈਨੂੰ ਕੁਛ ਹੋ ਨਾ ਜਾਵੇ, ਮੈਂ ਮਰ ਨਾ ਜਾਵਾਂ, ਜੇ ਮੈਂ ਮਰ ਗਿਆ ਤਾਂ ਮੇਰਾ ਪਰਿਵਾਰ ਕੌਣ ਸਾਂਭੂਗਾ, ਮੇਰਾ ਬਿਜ਼ਨਸ ਕੌਣ ਸਾਂਭੂਗਾ। ਸੋ ਦਿਸ ਟਾਈਪ ਆਫ ਫੀਅਰ ਇੱਕ ਹੁੰਦਾ, ਇਸ ਨੂੰ ਅਸੀਂ ਫੋਬੀਆ ਬੋਲਦੇ ਹਾਂ, ਫੀਅਰ ਸਾਈਕੋਸਿਸ ਬੋਲਦੇ ਹਾਂ ਜਾਂ ਐਨਜਾਈਟੀ ਨਿਊਰੋਸਿਸ ਬੋਲਦੇ ਹਾਂ। ਇਹਨਾਂ ਚੀਜ਼ਾਂ ਦੇ ਲਈ ਵੀ ਮੈਂਟਲ ਤੌਰ 'ਤੇ ਆਰਸੈਨਿਕ ਐਲਬਮ ਬਹੁਤ ਵਧੀਆ ਮੈਡੀਸਨ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਹਿਸਾਬ ਨਾਲ ਆਪਾਂ ਨੂੰ ਆਰਸੈਨਿਕ ਐਲਬਮ ਜ਼ਰੂਰ ਲੈਣੀ ਚਾਹੀਦੀ ਹੈ, ਜ਼ਰੂਰ ਰਿਕਮੈਂਡਡ ਹੈ ਆਪਾਂ ਸਾਰੇ ਲਓ। ਇਹ ਡੋਜ਼ ਕੋਈ ਔਖੀ ਨਹੀਂ ਹੈ, 3 ਦਿਨ ਲਗਾਤਾਰ 3-3 ਗੋਲੀਆਂ 3 ਦਿਨ ਲੈਣੀਆਂ ਜੀ ਖਾਲੀ ਪੇਟ। ਔਰ ਕੋਸ਼ਿਸ਼ ਕਰੋ ਜਦੋਂ ਖਾਲੀ ਪੇਟ ਲਓ ਤਾਂ ਘੰਟਾ ਕੁਛ ਨਾ ਖਾਧਾ ਪੀਤਾ ਜਾਵੇ, ਜਿਵੇਂ ਅੱਜ 3 ਗੋਲੀਆਂ, ਕੱਲ੍ਹ 3 ਗੋਲੀਆਂ, ਪਰਸੋਂ 9 ਗੋਲੀਆਂ ਦੀ ਡੋਜ਼ ਇੱਕ ਬੰਦੇ ਲਈ ਹੈ ਅਤੇ ਮਹੀਨੇ ਬਾਅਦ ਰਿਪੀਟ ਕਰਨੀ।